ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੀ ਅਫੀਸ਼ੀਅਲ YouTube ਚੈਨਲ Meet Academy ਦੇ ਉੱਤੇ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੁਣ ਵੈਕੈਂਸੀਜ਼ ਆਣੀਆਂ ਹੀ ਸੀ 2 ਤੋਂ 3 ਮਹੀਨਾ ਪਹਿਲਾਂ ਤੁਹਾਨੂੰ ਆਪਾਂ ਵੀਡੀਓ ਬਣਾ ਕੇ ਦੱਸਿਆ ਸੀ ਕਿਹੜੇ ਕਿਹੜੇ ਡਿਪਾਰਟਮੈਂਟ ਦੀਆਂ ਵੈਕੈਂਸੀਜ਼ ਆਣੀਆਂ ਹੈ ਕਿਨਾ ਕਿਹਨਾਂ ਨੂੰ ਜਿਹੜੀ ਮਨਜ਼ੂਰੀ ਮਿਲ ਗਈ ਹੈ ਠੀਕ ਹੈ ਤਾਂ ਹੁਣ ਜਿਹੜਾ ਵੱਡਾ ਅਪਡੇਟ ਆ ਰਿਹਾ ਹੈ ਕਿ ਜਿਹੜੀ ਭਰਤੀ ਪ੍ਰਕਿਰਿਆ ਉਹ ਜਲਦੀ ਸ਼ੁਰੂ ਹੋ ਰਹੀ ਹੈ ਕਿਆ ਪੂਰਾ ਅਪਡੇਟ ਹੈ ਸਾਰਾ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਹੀ ਕਲੀਅਰ ਕਰਾਂਗੀ ਤੁਹ ਆ ਪੁਲਿਸ ਪੰਜਾਬ ਪਟਵਾਰੀ ਤੇ ਹੋਰ ਵੀ ਜਿਹੜੇ ਅਲੱਗ-ਅਲੱਗ ਵਿਭਾਗ ਨੇ ਅੱਦੇ ਮੈਂ ਮੈਂਸ਼ਨ ਵੀ ਕਰ ਦਿੱਤੇ ਆ ਬਾਅਦ ਤੁਸੀਂ ਥੰਬਨੇਲ ਤੇ ਦੇਖ ਕੇ ਸਮਝ ਹੀ ਗਏ ਹੋਗੇ ਬਾਕੀ ਮੈਂ ਇੱਕ ਵੀਡੀਓ ਚ ਵਿੱਚ ਵੀ ਤੁਹਾਨੂੰ ਬਣਾ ਕੇ ਦੱਸੀ ਸੀਗਾ ਕਿਹੜੇ-ਕਿਹੜੇ ਡਿਪਾਰਟਮੈਂਟ ਦੀਆਂ ਵੈਕੈਂਸੀਜ਼ ਆਣੀਆਂ ਆ ਤਾਂ ਉਹਨਾਂ ਦਾ ਰਿਲੇਟਿਡ ਇੱਕ ਵੱਡਾ ਅਪਡੇਟ ਸਾਹਮਣੇ ਆ ਰਿਹਾ ਕੀ ਅਪਡੇਟ ਹੈ ਸਾਰਾ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੀ ਈਵਨ ਪੜ੍ਹ ਕੇ ਸੁਣਾਵਾਂਗੀ ਤੁਹਾਨੂੰ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕੀ-ਕੀ ਉਹਨਾਂ ਨੇ ਅਨਾਉਂਸਮੈਂਟ ਕੀਤੀ ਹੋਈ ਹੈ ਜੇਕਰ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਇਸੇ ਤਰ੍ਹਾਂ ਚਾਹਦੇ ਹੋ ਪੰਜਾਬ ਸਟਰੀਟ ਦੀ ਹਰ ਇੱਕ ਰਿਕਰੂਟਮ ਨਾਲ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰੋ ਇਹਦੇ ਨਾਲ ਤੁਹਾਨੂੰ ਫ੍ਰੀ ਦੇ ਵਿੱਚ ਨੋਟੀਫਿਕੇਸ਼ਨ ਆਉਂਦੇ ਰਹਿਣਗੇ ਜਦ ਵੀ ਮੈਂ ਤੁਹਾਡੇ ਵਾਸਤੇ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂਗੀ ਦੱਸਣਾ ਚਾਹਾਂ ਕਿ ਪੰਜਾਬ ਦੇ ਵਿੱਚ ਦੋ ਤੋਂ ਤਿੰਨ ਅਲੱਗ-ਅਲੱਗ ਵਿਭਾਗਾ ਦੇ ਵਿੱਚ ਵੈਕੈਂਸੀਜ਼ ਆਊਟ ਕਰ ਦਿੱਤੀ ਗਈਆਂ ਆ ਇੱਕ ਦੋ ਨੋਟੀਫਿਕੇਸ਼ਨ ਮੰਡੇਗਾ ਦੇ ਵੀ ਆਏ ਹੋਏ ਆਕਰ ਤੁਸੀਂ ਉਹ ਵੀਡੀਓ ਨਹੀਂ ਚੈੱਕ ਕੀਤੀਆਂ ਦੇਖ ਸਕਦੇ ਆ ਪੰਜਾਬ ਐਜੂਕੇਸ਼ਨ ਡਿਪਾਰਟਮੈਂਟ ਨੇ ਵੀ ਰਿਕਰੂਟਮੈਂਟ ਆਊਟ ਕਰ ਦਿੱਤੀ ਗਈ ਹੈ ਸਾਡੇ ਚੈਨਲ ਤੇ ਸੈਕਿੰਡ ਜਾਂ ਥਰਡ ਨੰਬਰ ਤੇ ਤੁਹਾਨੂੰ ਉਹ ਵੀਡੀਓ ਦੇਖਣ ਨੂੰ ਮਿਲ ਜੇਗੀ ਜੇ ਤੁਸੀਂ ਨਹੀਂ ਦੇਖੀ ਉਹਨੂੰ ਚੈੱਕ ਜ਼ਰੂਰ ਕਰ ਲਓ ਜਾ ਕੇ ਤਾਂ ਚਲੋ ਬਿਨਾਂ ਟਾਈਮ ਵੇਸ ਕੀਤੇ ਆਪਾਂ ਗੱਲ ਕਰਾਂਗੇ ਕੀ ਇਹ ਪੂਰਾ ਅਪਡੇਟ ਆ ਰਿਹਾ ਹੈ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਆ ਇਹ ਹੈਡਿੰਗ ਸੂਬੇ ਚ ਛੇਤੀ ਸ਼ੁਰੂ ਹੋਵੇਗੀ ਪ੍ਰਤੀ ਪ੍ਰਕਿਰਿਆ ਮਨਪ੍ਰਿਤ ਬਾਦਲ ਨੇ ਬੋਲਿਆ ਆ ਅੱਜ ਦਾ ਇਹ ਪੂਰਾ ਅਪਡੇਟ ਕੀਤਾ ਤੁਹਾਨੂੰ ਪਹਿਲਾਂ ਦਿਖਾ ਦਿੰਦੇ ਆ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਵੱਖ-ਵੱਖ ਵਿਭਾਗਾਂ ਦੇ ਵਿੱਚ ਖਾਲੀ ਅਸਾਮੀਆਂ ਭਰਨ ਲਈ ਪੰਜਾਬ ਸਰਕਾਰ ਛੇਤੀ ਹੀ ਭਰਤੀ ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਕਰਨ ਜਾ ਰਹੀ ਆ ਤੇ ਆਉਂਦੇ ਕੁਝ ਮਹੀਨਿਆਂ ਦੌਰਾਨ ਇਹ ਅਮਲ ਜਾਰੀ ਰਹੇਗਾ ਉਹਨਾਂ ਨੇ ਕਿਹਾ ਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਨੌਕਰੀਆਂ ਘਟਨ ਕਰਕੇ ਕੈਪਟਨ ਸਰਕਾਰ ਨੌਜਵਾਨਾਂ ਪ੍ਰਤੀ ਆਪਣੇ ਫਰਜ਼ਾ ਦੀ ਅਦਾਇਗੀ ਇਸ ਤਰੀਕੇ ਨਾਲ ਕਰੇਗੀ ਅੱਜ ਇੱਥੇ ਸ਼ਹਿਰ ਦੇ ਵਿੱਚ ਇੱਕ ਦਰਜਨ ਤੋਂ ਵੱਧ ਜਨਤਕ ਮੀਟਿੰਗਾਂ ਚ ਹੋਏ ਵਿੱਤ ਮੰਤਰੀ ਨੇ ਇਹ ਵੀ ਦੱਸਿਆ ਕਿ ਭਾਰਤ ਸਰਕਾਰ ਦੀ ਕੁਝ ਤੈ ਹੱਦ ਤੱਕ ਰਾਸ਼ਨ ਕਾਰਡ ਬਣਾਏ ਜਾਂਦੀ ਸ਼ਰਤ ਉਹਦੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਕਾਰਨ ਜਿਹੜਾ ਬਕਾਇਆ ਰਹਿ ਗਿਆ ਲੋਕਾਂ ਦੇ 스마트 ਰਾਸ਼ਨ ਕਾਰਡ ਵੀ ਜਿਹੜੇ ਆ ਉਹ ਜਲਦੀ ਜਾਰੀ ਕੀਤੇ ਜਾਣਗੇ ਪਰਤਿਆਂ ਦੇ ਨਾਲ ਨਾਲ ਦੇਖੋ ਉਹਨਾਂ ਨੇ ਰਾਸ਼ਨ ਕਾਰਡ ਨਾਲ ਸੰਬੰਧਿਤ ਵੀ ਇੱਕ ਅਪਡੇਟ ਦਿੱਤਾ ਹੈ ਬਾਕੀ ਜਿੱਦਾਂ ਇਹਦਾ ਕੰਪਲੀਟ ਨੋਟੀਫਿਕੇਸ਼ਨ ਆਂਦਾ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਦੱਸਾਂਗੇ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਧੰਨਵਾਦ